ਪਤਾ ਨੀ ਕਿੰਨੇ ਹੱਜ ਚੁਗਣੇ ਹੱਜ ਨੇ ਨਹੀਂ ਲੁਕਣੇ ਨਹੀਂ ਲੁਕਣੇ ਰਾਤੇ ਇਸ ਵਾਰੀ ਜਿਹੜਾ ਹੱਥ ਫਾਰੇ ਫਾਰੇ ਹਾਜ਼ਰ ਫਰੀਦੀ ਦਾ ਸਲਾਮ ਹੈ ਸਲਾਮ ਹੈ ਦੋਨੋਂ ਹੱਥ ਉਠਾਓ ਹੱਥ ਉਠਾਓ ਹੱਥ ਉਠਾਓ ਦੋਨੋਂ ਹੱਥ ਉਠਾ ਕੇ ਉਠਾ ਕੇ ਲਹਿਰਾ ਕੇ ਬੋਲੋ ਕੇ ਬੋਲੋ ਸ਼ਾਨ ਰੱਬ ਨੇ ਹਜ਼ੂਰ ਲਈ ਵਧਾਈ ਹੋਈ ਏ ਸ਼ਾਨ ਰੱਬ ਨੇ ਹਜ਼ੂਰ ਲਈ ਵਧਾਈ ਹੋਈ ਏ ਅਸਾਂ ਫਰੀਦ ਹਜ਼ੂਰ ਨਾਲ ਲੜਾਈ ਹੋਈ ਏ ਅਸਾਂ ਫਰੀਦ ਹਜ਼ੂਰ ਨਾਲ ਲੜਾਈ ਹੋਈ ਏ ਅਸਾਂ ਫਰੀਦ ਹਜ਼ੂਰ ਨਾਲ ਲੜਾਈ ਹੋਈ ਏ ਅਗਰ ਦਿਲ ਕਰੇ ਤੇ ਹੱਥ ਚੁੱਕ ਕੇ ਕਹਿਣਾ ਹੈ ਸ਼ਾਨ ਰੱਬ ਨੇ ਹਜ਼ੂਰ ਦੀ ਵਧਾਈ ਹੋਈ ਏ ਸ਼ਾਨ ਰੱਬ ਨੇ ਹਜ਼ੂਰ ਦੀ ਵਧਾਈ ਹੋਈ ਏ ਸਮਝ ਨਹੀਂ ਆ ਰਹੀ ਇੰਜ ਲੱਗ ਜਾਏ ਮਤਲਬ ਸਮਝਦੇ ਤੁਸੀਂ ਸਾਰੇ ਦੋ ਸ਼ੇਰ ਨੇ ਮੇਰੇ ਦਾਮਨ ਤੇ ਇਜਾਜ਼ਤ ਲੈਣ ਲੱਗਾ ਇੱਕ ਸ਼ੇਰ ਮੌਲਾ ਅਲੀ ਸਰਕਾਰ ਦੀ ਬਾਰਗਾਹ ਅਲੀ ਵਾਲਾ ਬੋਲੇ ਅੱਛਾ ਜਿੰਨਾ ਮੈਂ ਜ਼ੋਰ ਲਾਇਆ ਉਸ ਤੋਂ ਅੱਧਾ ਜ਼ੋਰ ਲਾ ਕੇ ਬੋਲੋ ਸੁਭਾਨ
ਯਾਲਾ ਜਿਹੜਾ ਉੱਚੀ ਹੱਥ ਉਠਾ ਕੇ ਦੋਨੋਂ ਹੱਥ ਉਠਾ ਕੇ ਉੱਚੀ ਆਵਾਜ਼ ਨਾਲ ਸੁਭਾਨ ਅੱਲਾ ਬੋਲੇ ਅੱਜ ਰਾਤੀ ਜਾ ਕੇ ਸਮੇਂ ਖਾਬ ਵਿੱਚ ਮੌਲਾ ਅਲੀ ਸਰਕਾਰ ਦੀ ਜ਼ਿਆਰਤ ਹੋ ਜਾਏ ਕਿਆ ਬਾਤ ਹੈ ਹੁਣ ਇੱਥੇ ਹੱਥ ਉਠਾ ਕੇ ਸਭ ਨੇ ਕਹਿਣਾ ਉੱਚੀ
ਨਵਾਜ਼ਾਂ ਦੋਨੋਂ ਨਵਾਜ਼ਾਂ ਨੇੜੇ ਆ ਜਾਓ ਨੇੜੇ ਆ ਆਖਰੀ ਸ਼ੇਰ ਮੈਂ ਚੱਲਿਆ ਫਿਰ ਪਤਾ ਨਹੀਂ ਜ਼ਿੰਦਗੀ ਜੇ ਪਿਆਨਾਗੇ ਨਹੀਂ ਆਖੋ ਸੁਭਾਨ ਅੱਲਾਹ ਆਖਰੀ ਸ਼ੇਰ ਤਵੱਜੋ ਫਰਮਾਣਾ ਜ਼ਰਾ ਪਹਿਲੇ ਬੰਦੇ ਤੋਂ ਲੈ ਕੇ ਆਖਰੀ ਬੰਦੇ ਤੱਕ ਜਿਹੜਾ ਮੇਰਾ ਪੀਰ ਭਾਈ ਹੋਏਗਾ ਨਾ ਉਹ ਹੱਥ ਨਹੀਂ ਥੱਲੇ ਰੱਖੇਗਾ ਉਹ ਹੱਥ ਉਠਾ ਕੇ ਬੋਲੇਗਾ ਜਿਹੜਾ ਬੰਦਾ ਦੋਨੋਂ ਹੱਥ ਉਠਾ ਕੇ ਬੋਲੇ ਗੋਲਾ ਸ਼ਰੀਫ ਵਾਲੇ ਵੀ ਜਿੱਥੇ ਹੱਥ ਬੰਨ ਕੇ ਆਉਂਦੇ ਨੇ ਪੀਰ ਸਿਆਲ ਲਜਪਾਲ ਵੀ ਉੱਥੇ ਹੱਥ ਬੰਨ ਕੇ ਆਉਂਦੇ ਨੇ ਪੀਰ ਪਠਾਨ ਸਰਕਾਰ ਵੀ ਹੱਥ ਬੰਨ ਕੇ ਆਉਂਦੇ ਨੇ ਨਿਜ਼ਾਮੁਦੀਨ ਔਲੀਆ ਸਰਕਾਰ ਵੀ ਉੱਥੇ ਹੱਥ ਬੰਨ ਕੇ ਆਉਂਦੇ ਨੇ ਸਾਬਰ ਪਾਕ ਸਰਕਾਰ ਵੀ ਉੱਥੇ ਚੁੱਕ ਕੇ ਆਉਂਦੇ ਨੇ ਆਖਰੀ ਸ਼ੇਰ ਹੈ ਮੇਰਾ ਪੁੱਤਰ ਹੈ ਬੱਚਾ ਹੈ ਛੋਟਾ ਹੈ ਇਹਦਾ ਹੁਕਮ ਹੈ ਤੇ ਇੱਕੋ ਸ਼ੇਰ ਪੜਨ ਲੱਗਾ ਸਾਡਾ ਪੜਿਆ ਹੋਇਆ ਕਲਾਮ ਰੰਗ ਫਰੀਦੀ ਲੱਗੇ ਬਾਬਾ ਫਰੀਦ ਦਾ ਨੰਬਰ ਸਾਡੇ ਹੱਥ ਉਠਾ ਕੇ ਬੋਲੇ ਰੰਗ ਫਰੀਦੀ Yeah!
Let's start.